ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਅਸੀਂ ਇੱਥੇ ਅੱਜ 26 ਮਈ ਨੂੰ ਜਿਹੜਾ ਇੰਡੀਆ ਦੇ ਵਿੱਚ ਪੰਜਾਬ 'ਚ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਾਲਾ ਦਿਵਸ ਮਨਾ ਰਿਹਾ, ਉਸਨੂੰ ਸਪੋਰਟ ਕਰਦੇ ਹੋਏ ਇੰਡੀਅਨ ਅੰਬੈਸੀ ਜੋਲੀਕੋਟ ਬਰਮਿੰਘਮ ਵਿਖੇ ਹਾਂ। ਅਤੇ ਮੇਰੇ ਨਾਲ ਕਾਫੀ ਮੇਰੇ ਵੀਰ ਇੱਥੇ ਨੇ ਅਤੇ ਜਿਹੜੇ ਇਹਦੇ ਵਿੱਚ ਜੋ ਹਿੱਸਾ ਲੈ ਰਹੇ ਨੇ ਇੰਡੀਅਨ ਹਾਈ ਕਮਿਸ਼ਨਰ ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ। ਅਤੇ ਇਹਦੇ ਵਿੱਚ ਜੋ ਵੀ ਹੈ, ਇੱਕ ਕਰੋਨਾ ਦਾ ਕਰਕੇ ਅਸੀਂ ਬਹੁਤ ਘੱਟ ਇੱਥੇ ਆਏ ਹਾਂ, 5-6 ਤੋਂ ਵਾਧੂ ਨਹੀਂ ਸੀ ਆ ਸਕਦੇ, ਇਸ ਕਰਕੇ ਬਹੁਤ ਘੱਟ ਆਏ ਨੇ। ਅਤੇ ਅਦਰਵਾਈਜ਼ ਤਾਂ ਜ਼ਿਆਦਾ ਵੀ ਲੋਕ ਆ ਸਕਦੇ ਸਨ। ਵਾਹਿਗੁਰੂ ਖਾਲਸਾ ਫਤਿਹ। ਮੈਂ ਭਗਵੰਤ ਸਿੰਘ, ਬ੍ਰਾਂਚ ਸੈਕਟਰੀ ਭਾਰਤੀ ਹਿੰਦੂ ਸਭਾ। ਅਸੀਂ ਅੱਜ ਕਿਸਾਨਾਂ ਦੇ ਸਪੋਰਟ ਦੇ ਵਿੱਚ, ਉਹਨਾਂ ਦੀ ਮਦਦ ਲਈ ਜੋ ਇੰਡੀਆ ਦੇ ਵਿੱਚ ਬੈਠੇ, ਪਿਛਲੇ 6 ਮਹੀਨਿਆਂ ਤੋਂ ਬੈਠੇ ਆ, ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ। ਅਤੇ ਮੋਦੀ ਸਰਕਾਰ ਜੋ ਆਪਣੀ ਅੜੀ ਤੇ ਅੜੀ ਹੋਈ ਆ, ਜਿਸ ਨੇ ਬਹੁਤ ਹੀ ਭਾਰਤ ਦਾ ਨੁਕਸਾਨ ਕੀਤਾ, ਅਤੇ ਜਿਨ੍ਹਾਂ ਨੇ ਹਿੰਦੂਤਵ ਦਾ ਝੰਡਾ, ਹਿੰਦੂ ਰਾਸ਼ਟਰ ਦਾ ਝੰਡਾ ਨਾਰਾ ਲਾ ਕੇ ਗਰੀਬ ਹਿੰਦੂ ਮਜ਼ਦੂਰਾਂ ਨੂੰ ਨਾਲ ਲਿਆ ਸੀ, ਉਹਨਾਂ ਨੂੰ ਵੀ ਥੱਲੇ ਲਾਇਆ। ਇਹ ਲੋਕ, ਇਹ ਕਿਸੇ ਦਾ ਮਿੱਤ ਨਹੀਂ, ਇਹਨਾਂ ਨੇ ਸਿਰਫ ਅਤੇ ਸਿਰਫ ਅਡਵਾਨੀ ਅਤੇ ਅੰਬਾਨੀ ਦੀ ਸਪੋਰਟ ਕੀਤੀ ਆ, ਉਹ ਮਲਟੀ ਕਾਰਪੋਰੇਟਸ ਦੇ ਲਈ ਇਹਨੇ ਸਾਰੇ ਇੰਡੀਆ ਨੂੰ ਫਾਹੇ ਲਾਇਆ ਹੋਇਆ, ਉਹਨਾਂ ਨੂੰ ਸੂਈ ਟੰਗਿਆ ਹੋਇਆ। ਅਤੇ ਅਸੀਂ ਮੋਦੀ ਸਰਕਾਰ ਨੂੰ ਇਹ ਕਹਿੰਦੇ ਹਾਂ ਕਿ ਜਿੰਨੀ ਛੇਤੀ ਹੁੰਦੀ ਆ ਉਸ ਨੂੰ ਕਿਸਾਨਾਂ ਦੀ ਮੰਗਾਂ ਮੰਨਣੀ ਚਾਹੀਦੀਆਂ, ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ, ਨਹੀਂ ਤਾਂ ਇਹ ਘੋਲ ਉਸ ਦਿਨ ਹੀ ਮੁੱਕੂਗਾ ਜਿਸ ਦਿਨ ਇਹ ਆਪਣੇ ਕਾਲੇ ਕਾਨੂੰਨ ਵਾਪਸ ਲਊਗਾ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਗੁਰਦਿਆਲ ਸਿੰਘ ਅਖਵਾਲ। ਅਸੀਂ ਅੱਜ ਸੋਹੋ ਰੋਡ 'ਤੇ 26 ਮਈ ਨੂੰ ਜੋ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਡੈਮੋਸਟ੍ਰੇਸ਼ਨਾਂ ਹੋ ਰਹੀਆਂ, ਕਾਲਾ ਦਿਵਸ ਮਨਾਇਆ ਜਾ ਰਿਹਾ, ਉਸ ਦੇ ਸੰਬੰਧ ਦੇ ਵਿੱਚ ਸ਼ਹੀਦ ਊਧਮ ਸਿੰਘ ਸੈਂਟਰ ਦੇ ਬਾਹਰ ਇੱਥੇ ਖੜ੍ਹੇ ਹੈਗੇ ਹਾਂ। ਅਤੇ ਇਸ ਤੋਂ ਬਾਅਦ ਦੇ ਵਿੱਚ ਇੰਡੀਅਨ ਅੰਬੈਸੀ 'ਤੇ ਵੀ ਜਾਵਾਂਗੇ, ਉਸ 'ਤੇ ਵੀ ਵੀਡੀਓ ਬਣਾਵਾਂਗੇ। ਮੇਰੇ ਨਾਲ ਮੇਰਾ ਇੱਕ ਵੀਰ ਇੱਥੇ ਹੈਗਾ, ਅਤੇ ਉਹ ਕੁਛ ਬੋਲਣਾ ਚਾਹੁੰਦਾ ਇਹਦੇ ਬਾਰੇ ਦੇ ਵਿੱਚ, ਵੀ ਕੀ ਕਹਿਣਾ ਚਾਹੁੰਦੇ ਆ ਉਹ, ਆਪਾਂ ਉਹਨਾਂ ਦੇ ਵਿਚਾਰ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਗੱਲਬਾਤ ਰਾਖੀ ਦੇ ਲਈ ਸੋਹੋ ਰੋਡ ਤੇ ਕਾਲੇ ਝੰਡੇ ਲੈ ਕੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਅੱਜ ਮੁਜ਼ਾਹਰਾ ਕਰ ਰਹੇ ਹਾਂ। ਮੋਦੀ ਸਰਕਾਰ ਇੱਕ ਤਿੰਨਾਂ ਜੀਆਂ ਦੇ ਟੱਬਰ ਨੂੰ ਇੱਕ ਰੋਟੀ ਦਾ ਫਾਇਦਾ ਪਹੁੰਚਾਉਣਾ ਚਾਹੁੰਦਾ ਹੈ, ਤੇ ਮਜ਼ਦੂਰ ਕਿਸਾਨਾਂ ਤੇ ਰੋਟੀ ਤੇ ਕਿਸਾਨਾਂ ਤੇ ਜ਼ਮੀਨਾਂ ਖਾਉਣਾ ਚਾਹੁੰਦਾ ਹੈ। ਪਰ ਸਾਡੀ ਜਿਹੜੀ ਪਾਰਟੀ ਆ, ਇਹ ਕਦੇ ਵੀ ਮਜ਼ਦੂਰ ਨੂੰ ਭੁੱਲੂਗੀ ਨਹੀਂ, ਇਹ ਕਦੇ ਵੀ ਕਿਸਾਨ ਦੀ ਰਾਖੀ ਕਰੂਗੀ, ਕਿਸਾਨਾਂ ਦੀ ਰਾਖੀ ਕਰੂਗੀ, ਇਹ ਮਜ਼ਦੂਰਾਂ ਦੀ ਰਾਖੀ ਕਰੂਗੀ, ਤਾਂ ਕਿ ਸਾਡੇ ਬੱਚੇ ਬਾਹਰਲੇ ਮੁਲਕਾਂ ਵਿੱਚ ਆ ਕੇ ਇੰਡੀਆ ਦਾ ਪੈਸਾ ਬਾਹਰੋਂ ਇੰਡੀਆ ਤੋਂ ਲਿਆ ਕੇ ਇੱਥੇ ਨਹੀਂ ਚੱਲਣ ਦੇਵਾਂਗੇ। ਅਸੀਂ ਆਪਣੇ ਬੱਚਿਆਂ ਨੂੰ ਇੰਡੀਆ ਦੇ ਵਿੱਚ ਵੱਡੇ ਵੱਡੇ ਸਕੂਲ ਖੋਲਾਂਗੇ। ਜੇ ਕਿਸਾਨ ਮਜ਼ਦੂਰ ਏਕਤਾ ਰਹੀ, ਇਹ ਤਾਂ ਹੀ ਸਕੂਲ ਵੱਡੇ ਵੱਡੇ ਕਾਲਜ ਖੁੱਲੂਗੇ ਤੇ ਯੂਨੀਵਰਸਿਟੀਆਂ ਖੁੱਲੂਗੀਆਂ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨ ਵੀਰਾਂ ਅੱਗੇ ਤੇ ਮਜ਼ਦੂਰਾਂ ਅੱਗੇ, ਇੱਕ ਮੁੱਠ ਹੋ ਕੇ ਸ਼ਹੀਦ ਬਾਬਾ ਭਗਤ ਸਿੰਘ ਦੇ ਚਾਚਾ ਵਾਂਗਰ, ਅਜੀਤ ਸਿੰਘ ਵਾਂਗਰ ਇਹ ਸੰਘਰਸ਼ ਨੂੰ ਪੂਰਾ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਕੁਛ ਹੋਰ ਵੀ ਕਲਿੱਪਾਂ ਦੇ ਸ਼ੋਟ ਲੈ ਕੇ ਇਕੱਠੇ ਕਰਾਂਗੇ, ਤਾਂ ਇਹਨਾਂ ਨੂੰ ਵਿਭਾਗ ਦੇ ਵਿੱਚ ਫੇਸਬੁੱਕ 'ਤੇ ਵੀ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਚੰਗਾ ਨਹੀਂ ਬੋਲਿਆ? ਬਹੁਤ ਚੰਗਾ। ਹਾਂਜੀ, ਹੁਣ ਸਾਡੇ ਨਾਲ ਹੀਰਾ ਸਿੰਘ ਜੌਹਰ ਜਿਹੜੇ ਖੜੇ ਆ, ਤੇ ਉਹ ਕੁਛ ਕਹਿਣਗੇ। ਹਾਂਜੀ, ਭਗਵੰਤ ਸਿੰਘ ਹੁਣੀ ਵੀ ਆ ਗਏ ਆ, ਦੋਏ ਜਿਹਨੇ ਥੋੜਾ ਥੋੜਾ ਜੋ ਵੀ ਕਹਿਣਗੇ। ਹਾਂਜੀ ਹੀਰਾ ਜੌਹਰ, ਤੁਸੀਂ ਪਹਿਲਾਂ ਆਪਣੇ ਕੋਈ ਵਿਚਾਰ ਜੋ ਵੀ ਦੇਣੇ ਆ। ਹਾਂਜੀ, ਅੱਜ ਜਿਹੜਾ ਖੋਰ ਦਿੱਤਾ ਸੀਗਾ ਆਪਣੇ ਜਿਹੜਾ ਕਿ ਸੰਯੁਕਤ ਕਿਸਾਨ ਮੋਰਚੇ ਨੇ, ਕਹਿੰਦਾ 26 ਤਰੀਕ ਨਾਲ 6 ਮਹੀਨੇ ਹੋ ਜਾਣੇ ਹੈਗੇ ਆ, ਅਤੇ ਉਹਨਾਂ ਨੇ ਕਿਹਾ ਸੀ ਸਾਰੇ ਪ੍ਰੋਟੈਸਟ ਕਰਨ ਸਾਰੀ ਦੁਨੀਆ ਦੇ ਵਿੱਚ ਕਾਲੇ ਝੰਡੇ ਲੈ ਕੇ। ਅਸੀਂ ਜੋ ਉਹਨਾਂ ਦੇ ਮੁਤਾਬਕ, ਜੋ ਉਹਨਾਂ ਦਾ ਫੈਸਲਾ ਸੀਗਾ ਉਹਦੇ ਮੁਤਾਬਕ ਅਸੀਂ ਅੱਜ ਇੱਥੇ ਸੋਹੋ ਰੋਡ 'ਤੇ ਇਕੱਠੇ ਹੋਏ ਹੈਗੇ ਆ ਸਾਥੀ, ਅਤੇ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਅਸੀਂ ਮੋਦੀ ਨੇ ਵਜਾਉਣਾ ਚਾਹੁੰਦੇ ਹੈਗੇ ਆ। ਅਸੀਂ ਕਹਿੰਦੇ ਜਿਹੜੇ
एंटी फार्मर्स कानून आ जिहड़े ओह उहनां नूं रद्द कीता जावे छेती तों छेती ते किसान अपने मुल्क ते अपने पिंडां नूं जाण अपने घरां नूं जाण। धन्नवाद। बहुत मेहरबानी। हाँ जी इत्थे आ सारे साडे वीर जिहड़े आ खड़े आ प्रोटेस्ट दे विच। आ देखो इन्हां ने अपने पोस्टर बनाए आ वी सपोर्ट इंडियन फार्मर स्ट्रगल। हाँ जी मेरे किसान वीरो, जो तुसीं हक्कां लई लड़दे पए हो, किसानी हक्कां लई लड़दे पए हो, इन्हां जिहड़े कानून बनाए इन्हां दे खिलाफ लड़दे पए हो, असीं इंग्लैंड दे जिहड़े मजदूर आ असीं तुहाडे नाल आ। तो जिहड़ा मोदी है इहदी जिहड़ी अड़वाई है इह साडे सारे इंडिया की बहुत ही नुकसान कर रही है। जिहड़ा केस नूं अपनी अड़ी तो हटने दी अड़ी करके अगे लोगों ने सुसाइड किए ने, किन्ने लोग मरते पे ने, हुण किस तरह की हालत बनाती है इंडिया की, बहुत ही मंदी हालत हैगी है। तो असीं इत्थे इंग्लैंड च वसदे मजदूर इस मोदी नूं कहने आ कि तूं अपनी अड़वाई तो हट, ते जिहड़े मजदूर किसानां दे मजदूरां दे हक बणदे ने जिहड़े एक्ट बनाए ने उन्हां नूं माफ वापस लै। मेहरबानी। मेहरबानी। हाँ जी सारी सारी मिल जी सड़क भी आ काफी बिजी आ, ट्रैफिक जेड़ी आ सिटी वालों आ भी रही ते जा भी रही आ।